ਜਜਾਰੂ ਵਰਕਰ ਸਾਹਿਬਾਨ, ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ, ਸਤਿਕਾਰਯੋਗ ਜ਼ਿਲ੍ਹੇ ਪਟਿਆਲੇ ਦੇ ਪ੍ਰਧਾਨ ਸਾਹਿਬ ਰੱਖੜਾ ਸਾਹਿਬ, ਸਤਿਕਾਰਯੋਗ ਮੈਂਬਰ ਪਾਰਲੀਮੈਂਟ ਚੰਦੂ ਮਾਜਰਾ ਜੀ, ਸਤਿਕਾਰਯੋਗ ਬਜ਼ੁਰਗ ਸਾਡੇ ਬਡੂੰਗਰ ਸਾਹਿਬ ਟੌੜਾ ਸਾਹਿਬ, ਦੋਵੇਂ ਸਾਡੇ ਸਾਬਕਾ MLA ਸਾਹਿਬਾ ਸ਼ਰਮਾ ਜੀ ਮਾਨ ਸਾਹਿਬ, ਮੈਂ ਕਿਹਦਾ ਨਾਂ ਲਵਾਂ, ਮੇਰਾ ਵੀਰ ਚੰਦੂ ਮਾਜਰਾ ਜੀ ਛੋਟੇ ਸਾਡੇ MLA ਸਾਹਿਬ, ਸਤਿਕਾਰਯੋਗ ਖੱਟੜਾ ਜੀ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ, ਜੁਨੇਜਾ ਜੀ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ, ਬਹੁਤ ਵੱਡੀ ਗਿਣਤੀ 'ਚ ਅੱਜ ਇਸ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ, ਸਰਕਾਰ ਨੂੰ ICU ਚੋਂ ਕੱਢਣ ਵਾਸਤੇ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ 'ਚ ਤਾਂ ਆਇਆ, ਮਗਰ ਸਵਾਦ ਨੀ ਪੂਰੇ, ਗੱਜ ਵੱਜ ਕੇ ਫਤਿਹ ਨੀ ਬੁਲਾਈ ਤੁਸੀਂ। ਮੈਂ ਫੇਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਬੈਠੇ ਹੋ, ਖਲੋਤੇ ਹੋ, ਗੁਰੂ ਦੇ ਚਰਨਾਂ 'ਚ ਆਪਦੀ ਫਤਿਹ ਜ਼ਰੂਰ, ਫਤਿਹ ਨੂੰ ਗੱਜ ਵੱਜ ਕੇ ਬੁਲਾਓ ਤੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦੀ ਵਧਾਈ ਹੈ ਕਿ ਸਰਕਾਰ ਨੇ ਟਿਲ ਦਾ ਜ਼ੋਰ ਲਾਇਆ ਕਿ ਅੱਜ ਇੱਥੇ ਇਕੱਠ ਨਾ ਹੋਵੇ। ਮੈਨੂੰ ਕਈ ਪੁਲਿਸ ਵਾਲੇ ਵੀਰ ਸੱਜੇ ਖੱਬਿਓ ਫੋਨ ਵੀ ਕਰਾਉਂਦੇ ਸਨ ਕਿ ਅੱਜ ਤਾਂ ਛੁੱਟੀ ਹੈ ਤੇ ਤੁਸੀਂ ਧਰਨਾ ਜ਼ਰੂਰੀ ਮਾਰਨਾ। ਫਿਰ ਚੰਦੂ ਮਾਜਰਾ ਸਾਹਿਬ ਉਹਨੇ ਦੱਸ ਰਹੇ ਸੀ ਕਿ ਰਾਤ ਨੂੰ 144 ਰਾਤੀ, ਮੈਨੂੰ ਤਾਂ ਪਤਾ ਨਹੀਂ ਸੀ ਪੁਲਿਸ ਹੁਣ ਕੈਪਟਨ ਸਾਹਿਬ ਦੇ ਰਾਤ 'ਚ, ਸਾਨੂੰ ਤਾਂ ਸੀਗਾ 6 ਦਿਨ ਹੀ ਛੁੱਟੀ ਤੇ ਰਹਿੰਦੀ ਆ, ਤੁਸੀਂ ਇੱਕ ਦਿਨ ਦੀ ਗੱਲ ਕਰਦੇ ਹੋ। ਇਹ ਮੁੱਖ ਮੰਤਰੀ ਪੱਕੀ ਛੁੱਟੀ ਤੇ, ਪਟਿਆਲੇ ਵਾਲਿਓ ਕਦੇ ਦਰਸ਼ਨ ਹੋਏ ਤੁਹਾਨੂੰ ਤਾਂ ਕੀ ਹੋਣੇ ਸੀ, ਜਿਹੜਾ ਕੋਈ ਜਿਨ੍ਹਾਂ ਨੇ ਵੋਟਾਂ ਪਾਈਆਂ ਕਦੇ ਦਰਸ਼ਨ ਹੋਏ। ਹੁਣ ਤਾਂ ਕਾਂਗਰਸੀ ਵੀ ਉਹ ਗੀਤ ਨਹੀਂ ਗਾਉਂਦੇ, ਪਹਿਲਾਂ ਤਾਂ ਗਾਗੂ ਲੈਂਦੇ ਸੀ ਕੈਪਟਨ ਲਈ, ਹੋਏ ਤੇਰੇ ਦਰਸ਼ਨ ਹੁਣ ਦਿਨ ਵਧੀਆ ਲੰਘੂਗਾ, ਹੁਣ ਤਾਂ ਕਹਿੰਦੇ ਨਾ ਹੀ ਹੋਣ ਦਰਸ਼ਨ ਤੇ ਦਿਨ ਵਧੀਆ ਲੰਘੂਗਾ। ਸਾਧ ਸੰਗਤ ਜੀ, ਅੱਜ ਹਾਲਾਤ ਵੇਖ ਲਓ ਕੀ ਸੂਬੇ ਦੇ ਬਣੇ ਆ। ਮੁੱਖ ਮੰਤਰੀ ਸਾਹਿਬ ਪਟਿਆਲੇ ਵਾਲੇ ਨੂੰ ਜਦ ਨਹੀਂ ਲੱਭਦੇ ਤੇ ਪੰਜਾਬੀਆਂ ਨੂੰ ਕਿੱਥੋਂ ਲੱਭ ਪੈਣਾ, ਜਾਂ ਸਮੁੱਚੇ ਪੰਜਾਬ ਨੂੰ ਕਿੱਥੋਂ ਲੱਭ ਪੈਣਾ। ਚਲੋ ਉਹ ਲੱਭਣ ਨਾ ਲੱਭਣ ਉਹਨਾਂ ਦੀ ਮੌਜ ਹੈ, ਮਗਰ ਅੱਜ ਪੰਜਾਬ ਦੇ ਹਾਲਾਤ ਕੀ ਬਣਾਤੇ ਆ। ਅੱਜ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਤੁਸੀਂ ਕੋਈ ਦਿਨ ਦਾ ਅਖਬਾਰ ਕੱਢ ਲਓ, ਦੋ ਖਬਰਾਂ ਉਹਦੇ 'ਚ ਪੱਕੀਆਂ ਹੁੰਦੀਆਂ ਨੇ, ਇੱਕ ਕਿਸਾਨ ਖੁਦਕੁਸ਼ੀ ਦੀ ਤੇ ਇੱਕ ਕਿਤੇ ਨਾ ਕਿਤੇ ਗੋਲੀ ਚੱਲੀ ਹੁੰਦੀ ਹੈ, ਕਿਸੇ ਨਾ ਕਿਸੇ ਦਾ ਕਤਲ ਕੀਤਾ ਹੁੰਦਾ। ਆ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਰੇ ਸਾਹਿਬਾਨਾਂ ਨੇ ਕੁਛ ਕੇਸ ਦੱਸੇ ਸੀ, ਮੈਂ ਵੀ ਲੰਮਾ ਸਮਾਂ ਨਹੀਂ, ਮੋਟੇ ਮੋਟੇ ਕੇਸ। ਅੱਜ ਤੋਂ ਕੁਛ ਸਮਾਂ ਪਹਿਲਾਂ, ਅੱਜ ਭਾਵੇਂ ਆਪਾਂ ਇਕੱਠੇ ਹੋਏ ਹਾਂ ਟੱਟੂ ਮਾਜਰਾ ਵਾਲੇ ਕੇਸ ਕਰਕੇ, ਮਗਰ ਸਾਧ ਸੰਗਤ ਜੀ ਅੱਜ ਪਿੰਡ ਪਿੰਡ ਟੱਟੂ ਮਾਜਰੇ ਵਾਲੇ ਕੇਸ ਬਣੇ ਪਏ ਆ। ਔਰ ਅਫਸੋਸ ਇਸ ਗੱਲ ਦਾ ਕਿ ਇਸ ਤਰੀਕੇ ਦੀ ਗੈਰ ਜ਼ਿੰਮੇਵਾਰਾ ਹਵਾਨੀਅਤ ਦਾ ਰੂਪ ਕੈਪਟਨ ਅਮਰਿੰਦਰ ਦੇ ਜ਼ਿਲ੍ਹੇ 'ਚ ਜਦ ਵੇਖਣ ਨੂੰ ਮਿਲਦਾ ਤੇ ਸਾਧ ਸੰਗਤ ਜੀ ਬਾਕੀਆਂ ਕੋਲੋਂ ਕੀ ਆਸ ਲਾਈ ਜਾ ਸਕਦੀ ਹੈ। ਵੇਖੋ ਇੱਕ ਤਖਤੂ ਮਾਜਰੇ ਕੇਸ ਦਾ ਤਾਂ ਮੈਂ ਸਮਝਦਾ ਸਾਰੇ ਜਾਣਦੇ ਹੋ, ਗੁਰਦੁਆਰੇ ਸਾਹਿਬ 'ਚ ਇਕੱਠ ਹੋਇਆ 550 ਸਾਲਾਂ ਲਈ ਕਿ ਅਸੀਂ ਵਧੀਆ ਤਰੀਕੇ ਨਾਲ ਇਹਨੂੰ ਮਨਾਉਣਾ। ਉੱਥੇ ਕੁਛ ਕਾਂਗਰਸੀ ਲੋਕਾਂ ਨੇ ਜਦੋਂ ਗੁਰੂ ਦੀ ਹਾਜ਼ਰੀ 'ਚ ਗੁਰਦੁਆਰਾ ਸਾਹਿਬ 'ਚ ਮਾੜੀ ਸ਼ਬਦਾਵਲੀ ਵਰਤੀ ਤੇ ਸਾਧ ਸੰਗਤ ਜੀ ਸੁਭਾਵਕ ਹੈ ਕਿਸੇ ਨੇ ਉਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਾ ਸੀ। ਸਿਆਣੇ ਲੋਕ ਵਿੱਚ ਪੈ ਗਏ, ਕਹਿੰਦੇ ਆਪ ਲੜਾਈ ਨਹੀਂ ਕਰਨੀ, ਥਾਣੇ ਰਿਪੋਰਟ ਲਿਖਾਉਣ ਜਾਓ। ਉਹ ਥਾਣੇ ਗਏ, ਜੋ ਇਨਸਾਫ਼ ਪਸੰਦ ਇਨਸਾਨ ਹੈ ਉਹਨੇ ਥਾਣੇ ਜਾਣਾ। ਔਰ ਜਦੋਂ ਥਾਣੇ ਗਏ ਆਪਦੀ ਰਿਪੋਰਟ ਲਿਖਾਉਣ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਕਮੇਟੀ, ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਥਾਣੇਦਾਰ ਦੀ ਹਾਜ਼ਰੀ 'ਚ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੀ ਪੱਗ ਲਾਤੀ, ਉਹਨੂੰ ਜ਼ਲੀਲ ਤੇ ਬੇਇੱਜ਼ਤ ਕੀਤਾ ਗਿਆ।
और साध संगत जी उन्होंने इंसाफ नहीं मिले और हालात यह बन गए कि जद पहला गुरु घर च फिर थाने च जद अगले नु बेइज्जत किया गया ते कुछ पिंड दे नौजवान बंदे जरूर इस गल की गर्मी खा के गुस्सा कर गए और उन्होंने हस्पताल जाके आपका कहने कि सानू पुलिस ने तो इंसाफ नहीं देना असी आप दी गल आप ही रखांगे। ये हालात बने क्यों भावे जो जाके हस्पताल च होया मैं आदे नाल सहमत नहीं मगर एक गल की भी घोक करनी पैनी है कि जे थानेदार इंसाफ दे दिंदा ते हस्पताल वाला कारनामा वापरदा ना क्योंकि बेइंसाफी होई टक्का होया और लोगों नूं इह महसूस होण लग पिया कि साडी सुनवाई नहीं होनी। उदों मेरे वीरो लोग कानून नूं अपने हाथ च लैंदे आ आ ताजी मिसाल है वो एम एल ए किहड़ा एम एल ए धर्मकोट का तीनों जी उहदा काका लोहगढ़ मैनूं लगदा उहो जे ड्राइवर ता सारे कांग्रेस के एम एल ए नूं लै के देने पैने थोड़ी देर च। उत्थे की होया एक नौजवान बच्चा आपकी कमाई वास्ते डीजे का काम करता सी दो वक्त की रोटी की लड़ाई लड़ता सी उहनूं गोली मारती और जब उहनूं इंसाफ नहीं मिलिया उहदे परिवार नूं उहनां ने धरना लाता और साध संगत जी उन्होंने हमदर्दी करने की जगह उत्थे जाके एम एल ए साहब ने जो बदतमीजी की माता उहदी ताई उहदी चाचियां इस गल का गुस्सा कर गया तो एम एल ए साहब के मगर पै गया उहदे बाद तां उह ड्राइवर नूं मैं समझदा 26 जनवरी ते अवार्ड दे देना चाहिए जिन्हें एम एल ए की जान बचाती। अगे दिन यह जे तुरे आउंदे आ कि सारे कांग्रेसी एम एल ए नूं उहो जे ड्राइवर लैके देने पैने जिहड़ा मिंटो मिंटी इन्हां नूं लोकां दे रोह चों कढ के लै जाण। और मेरे वीरो अज तक तू माजरे भी उही कुछ हो रहा 42 बंदियां ते परचे हो गए और मैनू हैरानगी होंदी एक पासे साढ़े 500 साल मनाउंदे कांग्रेसी मगर इन्हां दे दिल दे अंदर शैतान एडा कि तुहाडे सामने तुसीं सुन लिया कि एम एल ए कह रहा चक लिया इन्हां दीआं बीबियां जिन्नियां भी ने साध संगत जी जे धीआं पावां भैणां वास्ते इह शब्दावली वरती जा रही और उस तों बाद 42 बंदियां ते परचे हो गए मगर अज तक उस अमृतधारी गुरसिख प्रधान नूं इंसाफ नहीं मिलिया जिहनूं उहदी गालां कढ़ियां गईआं सी जां पग लत्ती सी। इह जे हालात बणे आ और अज उसे रोस करके अज आपां कट्ठे कल्ली इह गल नहीं ढिलवां साडे दलबीर सिंह ढिलवां दा मर्डर होया मर्डर सिर्फ इस लई होया उहदा गुरदासपुर जिले च क्योंकि उह कांग्रेस दे खिलाफ हक सच दी आवाज नूं बुलंद करदा सी और मिनिस्टर ने मैं गल पहला भी कीती सी आ जेल दूर नहीं आ ओ गैंगस्टर नूं मेरी गल सुणदी होणी सुखी रंधावे दे यार जग्गू भगवानपुरिए नूं तैनूं कन्नो फड़ के अंदर दित्ता सी और याद कर लै तेरे यार सुखी नूं भी कन्नो फड़ के अंदर दवांगे जदों साडी सरकार बण गई। इह बदमाशी इह धक्का इह जुर्म ए जबर ए बाला चिर समा नहीं कढ़दे होंदे जे कोई समझदा सी इत्थे कमरा साफ करा ली तेरा यार सुखी भी नाल दी बैरक ते आके बैठूगा। मेरे वीरो इत्थे रौला की पैंदा तुसी प्रेस वालियां नूं पुछो कि जिद्दे ने गल जनतक होई है मदन लाल जलालपुरा तां मैं लगदा पहला ही वड़ जू वह बड़ा सियाणा इह कम नूं ਉਹਨੂੰ ਪਤਾ ਜਦੋਂ ਦਿਨ ਮਾੜੇ ਆਉਂਦੇ ਉਹਨੇ ਆਪ ਹੀ ਕਹਿ ਦੇਣਾ ਮੈਨੂੰ ਕਰਦੇ ਆਉਂਦੇ ਨੂੰ ਤਾਂ ਪਤਾ ਹੀ ਆ ਪੁੱਠੀ ਗਿਣਤੀ ਸ਼ੁਰੂ ਆ। ਔਰ ਮੈਂ ਇਸ ਗੱਲ ਦਾ ਅਫਸੋਸ ਹੈ ਮੈਨੂੰ ਕਿ ਜਿਹੜੀ ਗੱਲ ਮੈਂ ਕਰਦਾ ਸਾਂ ਕਿ ਜਦੋਂ ਇਹ ਰੌਲਾ ਪਿਆ ਵੇਖੋ ਇਕੱਲੇ ਅਸੀਂ ਨਹੀਂ ਸਾਰੀ ਪੁਲਿਸ ਇਹ ਗੱਲ ਕਹਿ ਰਹੀ ਸੀ ਕਿ ਗੈਂਗਸਟਰਾਂ ਦਾ ਜੇਲ੍ਹ 'ਚ ਬੈਠੇ ਕਾਰੋਬਾਰ ਵੱਧ ਰਿਹਾ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਇਹ ਗੱਲ ਕਹਿ ਰਿਹਾ ਸੀ ਅੱਜ 1500 ਤੋਂ 2000 ਕਰੋੜ ਦੀ ਕਬੱਡੀ ਦੀ ਆਈ ਪੀ ਐਲ ਦੀ ਲੀਗ ਆ ਜੇਲ੍ਹ 'ਚੋਂ ਚੱਲ ਰਹੀ ਹੈ ਔਰ ਜੇਲ੍ਹ 'ਚੋਂ ਇਹ ਚੱਲ ਕਿਵੇਂ ਰਿਹਾ ਕਿਉਂਕਿ ਜੋ 5 ਸਟਾਰ ਸਹੂਲਤ ਉਸ ਗੈਂਗਸਟਰ ਦੇ ਪਰਿਵਾਰ ਨੂੰ ਉਸ ਗੈਂਗਸਟਰ ਨੂੰ ਜੇਲ੍ਹ 'ਚ ਮਿਲੀ ਹੈ ਸਾਧ ਸੰਗਤ ਜੀ ਉਹਨੂੰ ਬਾਹਰ ਆਉਣ ਦੀ ਲੋੜ ਨਹੀਂ। ਇਹਦੀ ਸੁੱਖੀ ਦੀ ਚਾਚੀ ਇਹ ਜੱਗੂ ਦੀ ਮਾਤਾ ਕਾਂਗਰਸ ਪਾਰਟੀ ਦੀ ਕਰਤਾ ਧਰਤਾ ਉਸ ਹਲਕੇ 'ਚ ਉਹਦਾ ਭਰਾ ਮਨੂ ਆਸਟ੍ਰੇਲੀਆ 'ਚ ਬੈਠਿਆ ਕੰਮ ਚਲਾ ਰਿਹਾ ਹੈ ਤੇ ਬਲਾਕ ਸੰਮਤੀ ਦਾ ਮੈਂਬਰ ਹੈ ਬੱਬੂ ਸੁੱਖਾ ਰਾਜੂ ਮੈਂ ਨਾਂ ਲੈ ਕੇ ਗੱਲ ਕਰਦਾ ਕਿਉਂਕਿ ਮੇਰੀ ਗੱਲ 'ਚ ਕੋਈ ਗਲਤ ਗੱਲ ਨਹੀਂ ਹੋਊਗੀ।
ਉਹਦੇ ਦੋਵੇਂ ਭਤੀਜੇ ਕਮਲ ਤੇ ਇੱਕ ਹੋਰ ਜਿਹੜਾ ਮਨਜੋਤ ਉਹ ਸਾਰਾ ਕਬੱਡੀ ਦਾ ਖੇਡ ਇਹ ਕਾ ਸਾਰੇ ਕੰਮ ਨੂੰ ਚਲਾਉਂਦੇ ਆ ਮੇਰੇ ਵੀਰੋ ਭਾਵੇਂ ਇਸ ਤਰੀਕੇ ਦਾ ਜਦ ਕੰਮ ਚੱਲ ਜੇ ਤੇ ਪੰਜਾਬ 'ਚ ਇਨਸਾਫ਼ ਕਿਹਨੂੰ ਮਿਲਣਾ ਹੈ ਜਦੋਂ ਗੈਂਗਸਟਰ ਤੇ ਮਿਨਿਸਟਰ ਇਕੱਠੇ ਹੋ ਜਾਣ ਤੇ ਪੁਲਿਸ ਚੁੱਪ ਕਰ ਜੇ ਤੇ ਸਾਧ ਸੰਗਤ ਜੀ ਫਿਰ ਇਨਸਾਫ਼ ਨਹੀਂ ਮਿਲਣਾ ਔਰ ਫਿਰ ਲੋਕਾਂ 'ਚ ਰੋਸ ਜਾਗਣਾ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਬੜੀ ਵੱਡੀ ਗਿਣਤੀ 'ਚ ਸਾਰੀ ਲੀਡਰਸ਼ਿਪ ਨੂੰ ਰੱਖੜਾ ਸਾਹਿਬ ਨੂੰ ਚੰਦੂ ਮਾਜਰਾ ਸਾਹਿਬ ਨੂੰ ਔਰ ਸਾਰੇ MLA ਸਾਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਅੱਜ ਵੱਡੀ ਗਿਣਤੀ 'ਚ ਤੁਸੀਂ ਆਪਦੇ ਰੋਸ ਪ੍ਰਦਰਸ਼ਨ 'ਚ ਆਏ ਹੋ ਔਰ ਸਰ ਮਨਦੀਪ ਸਿੰਘ ਜੀ SSP ਸਾਹਿਬ ਬੜੇ ਨਫੀਸ ਤੇ ਨੇਕ ਇਨਸਾਨ ਆ ਮਗਰ ਮੈਨੂੰ ਮਹਿਸੂਸ ਹੁੰਦਾ ਕਿ ਇਹਨਾਂ ਤੇ ਬੜਾ ਦਬਾਅ ਪੈ ਗਿਆ ਨਹੀਂ ਤਾਂ ਇਨਸਾਫ਼ ਪਸੰਦ ਅਫਸਰ ਨੇ ਔਰ ਮੈਨੂੰ ਆਸ ਸੀ ਕਿ ਤਖਤੂ ਮਾਜਰੇ ਕੇਸ 'ਚ ਜਿਹਨੇ ਜੋ ਗਲਤੀ ਕੀਤੀ ਉਹਨੂੰ ਉਹਦੀ ਸਜ਼ਾ ਮਿਲੂਗੀ ਮਗਰ ਪਤਾ ਨਹੀਂ ਕੀ ਮਜਬੂਰੀ ਬਣੀ ਰਹੀ ਹੈ ਕਿ ਅੱਜ ਉਹ ਇਨਸਾਫ਼ ਨਹੀਂ ਮਿਲ ਰਿਹਾ ਅੱਜ ਉਸ ਇਨਸਾਫ਼ ਲੈਣ ਵਾਸਤੇ ਤੁਸੀਂ ਇੱਥੇ ਆਏ ਹੋ ਔਰ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਜਗਮੇਲ ਸਿੰਘ ਦਾ ਸੰਗਰੂਰ 'ਚ ਦਲਿਤ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦੇਣਾ ਨੇਹਾ ਸ਼ੋਰੀ ਜਿਹੜੀ ਡਰੱਗ ਦੀ ਇੰਸਪੈਕਟਰ ਸੀ ਉਹਦਾ ਕਤਲ ਹੋ ਜਾਣਾ ਇੱਕ ਟੀਚਰ ਸਾਹਿਬਾਨਾ ਦਾ ਆਪਣੀ ਸਤਿਕਾਰਯੋਗ ਮੈਡਮ ਸੀ ਟੀਚਰ ਸੀ ਖਰੜ 'ਚ ਉਹਦੀ ਬੇਟੀ ਦੇ ਸਾਹਮਣੇ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਔਰ ਇਸੇ ਤਰ੍ਹਾਂ ਜੇ ਮੈਂ ਨੌ ਪੜ੍ਹਦਾ ਗਿਆ ਤੇ ਪਤਾ ਨਹੀਂ ਲਿਸਟ ਏਡੀ ਵੱਡੀ ਹੋ ਜਾਣੀ ਹੈ ਮੈਂ ਇਸ 'ਚ ਜਾਂਦਾ ਨਹੀਂ ਮਗਰ ਸਾਧ ਸੰਗਤ ਜੀ ਅੱਜ ਭਾਵੇਂ ਇਲੀਗਲ ਮਾਈਨਿੰਗ ਹੈ ਇੱਥੇ ਮੰਤਰੀ ਸਾਹਿਬ ਰੋਜ਼ ਬਿਆਨ ਲਾ ਦਿੰਦੇ ਖਜ਼ਾਨਾ ਖਾਲੀ ਕਿਸਾਨੀ ਦਾ ਕਰਜ਼ਾ ਮਾਫ਼ ਕਰਨਾ ਹੋਵੇ ਤੇ ਖਜ਼ਾਨਾ ਖਾਲੀ ਦਲਿਤ ਭਰਾਵਾਂ ਦਾ ਕਰਜ਼ਾ ਮਾਫ਼ ਕਰਨਾ ਹੋਵੇ ਤੇ ਖਜ਼ਾਨਾ ਖਾਲੀ ਇੰਪਲਾਈਜ਼ ਨੂੰ ਭੱਤਾ ਦੇਣਾ ਹੋਵੇ ਮੁਲਾਜ਼ਮਾਂ ਦਾ 5,000 ਕਰੋੜ ਇਹ ਸਰਕਾਰ ਖਾ ਗਈ ਉਹਨਾਂ ਦੇ TADA ਦਾ ਤੇ ਖਜ਼ਾਨਾ ਖਾਲੀ ਨੌਜਵਾਨ ਨੂੰ ਨੌਕਰੀ ਦੇਣੀ ਹੋਵੇ ਤੇ ਖਜ਼ਾਨਾ ਖਾਲੀ ਮੋਬਾਈਲ ਫੋਨ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਪੈਨਸ਼ਨ ਦੇਣੀ ਹੋਵੇ 2,000 2,500 ਤੇ ਖਜ਼ਾਨਾ ਖਾਲੀ 51,000 ਸ਼ਗਨ ਸਕੀਮ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਆਟਾ ਦਾਲ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਮਗਰ ਜਦੋਂ 27 AC ਚਲਾ ਕੇ ਰਾਹਤ ਕੱਟਣੀ ਹੋਵੇ ਤੇ ਮਨਪ੍ਰੀਤ ਸਿੰਘ ਬਾਦਲ ਦਾ ਖਜ਼ਾਨਾ ਡੱਕੋ ਡੱਕ ਭਰਿਆ ਕਦੇ ਸੁਣੇ ਮੈਨੂੰ ਲੱਗਦਾ ਮੋਤੀ ਮਹਿਲ 'ਚ 27 AC ਨਹੀਂ ਲੱਗੇ ਹੋਣੇ ਔਰ AC ਤਾਂ ਲਾਉਣੇ ਪੈ ਗਏ ਮੈਨੂੰ ਲੱਗਦਾ ਜਿਹੜਾ ਖਜ਼ਾਨੇ ਦੀ ਗਰਮੀ ਹੈ ਕਿੱਥੇ ਪਤਾ ਨਹੀਂ ਰਾਤ ਨੂੰ ਕਿ ਵੇਖਣ ਵਾਲਾ ਹੀ ਨਜ਼ਾਰਾ ਹੈ ਮੈਂ ਤਾਂ ਵੇਖਦਾ ਸ਼ਿਮਲਾ ਬਣਾਇਆ ਪਿਆ ਮਸ਼ਹੂਰੀ ਲੋਕਾਂ ਨੂੰ ਜਾਣ ਦੀ ਲੋੜ ਨਹੀਂ ਕਿੱਥੇ ਖਜ਼ਾਨਾ ਮੰਤਰੀ ਦੇ ਘਰ ਹੀ ਫਿਰਿਆ ਆਵੇ ਤੇ ਕਹਿੰਦੇ ਮਸ਼ਹੂਰੀ ਵੇਖਣ ਨੂੰ ਮਿਲ ਜਾਂਦਾ ਬਰਫ਼ ਲੋਕੀ ਕਹਿੰਦੇ ਆ ਪਹਾੜਾਂ 'ਤੇ ਪੈਂਦੀ ਆ ਮਗਰ 27 AC ਚਲਾ ਕੇ ਜਿਹੜੀ ਬਰਫ਼ੋ ਬਰਫ਼ ਖਜ਼ਾਨਾ ਮੰਤਰੀ ਨੇ ਇੱਥੇ ਕੀਤੀ ਪਈ ਆ ਉਹ ਵੇਖਣ ਵਾਲਾ ਨਜ਼ਾਰਾ ਔਰ ਤੁਹਾਡੇ ਵੇਲੇ ਖਜ਼ਾਨਾ ਖਾਲੀ ਔਰ ਤੁਸੀਂ ਮੰਨੋਗੇ ਆ ਗੀਜ਼ਰ ਪਤਾ ਕਿੰਨੇ ਲਾਏ ਆ ਆ ਮੈਂ ਅਖ਼ਬਾਰ ਪੜ੍ਹੀ ਸੀ ਆਇਆ ਉਹਨਾਂ ਪੱਤਰਕਾਰ ਵੀਰ ਜੀ ਦੀ ਅਖ਼ਬਾਰ ਨੇ ਖ਼ਬਰ ਲਾਈ 17 ਗੀਜ਼ਰ ਮੈਂ ਹਾਂਜੀ ਉਹ ਸਾਰਾ ਲੋਕਾਂ ਲਈ ਤਾਂ ਖਜ਼ਾਨਾ ਖਾਲੀ ਮਗਰ ਜਦੋਂ ਐਡਵਾਈਜ਼ਰ ਲਾਉਣਾ ਹੋਣ ਤੇ ਖਜ਼ਾਨਾ ਭਰ ਜਾਂਦਾ ਜਦੋਂ ਆਪ ਦੀਆਂ ਆ ਨੌਵਾਂ ਗੱਡੀਆਂ ਲੈ ਕੇ MLA ਨੂੰ ਦੇਣੀਆਂ ਹੋਣ ਤੇ ਖਜ਼ਾਨਾ ਭਰ ਜਾਂਦਾ ਜਦੋਂ ਜਹਾਜ਼ ਦੇ ਹੂਟੇ ਲਵਾਉਣੇ ਹੋਣ ਉਦੋਂ ਖਜ਼ਾਨਾ ਭਰ ਜਾਂਦਾ ਮਗਰ ਜਦੋਂ ਗਰੀਬਾਂ ਦੀ ਗੱਲ ਆਵੇ ਤੇ ਖਜ਼ਾਨਾ ਖਾਲੀ ਖਜ਼ਾਨਾ ਸਰਕਾਰ ਦਾ ਖਾਲੀ ਹੋ ਗਿਆ ਮਗਰ ਜੋ ਜੋ ਟੈਕਸ ਲੱਗਦਾ ਖਜ਼ਾਨਾ ਮੰਤਰੀ ਦਾ ਖਜ਼ਾਨਾ ਭਰ ਜਾਂਦਾ ਜਦੋਂ ਟੈਕਸ ਲੱਗਦਾ ਚੋਰੀ ਹੁੰਦੀ ਹੈ ਰੇਤ ਮਾਫੀਆ ਦੀ ਉਦੋਂ ਸਰਕਾਰ ਦਾ ਖਜ਼ਾਨਾ ਖਾਲੀ ਮਗਰ ਇਹਨਾਂ ਦੀ ਕਿਹੜੇ ਕਿੱਥੇ ਜਲਾਲਪੁਰੇ ਦਾ ਖਜ਼ਾਨਾ ਖਾਲੀ ਹੋਇਆ ਕਿ ਨਹੀਂ ਹੋਇਆ ਮੈਨਾਂ ਦਾ ਕੰਮ ਛੱਡਿਆ ਹੀ ਕੋਈ ਨਹੀਂ ਇਹ ਤਾਂ ਇੱਕ ਛੱਤ ਥੱਲੇ ਕਹਿੰਦੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਕਹਿੰਦੇ ਸੱਟੇ ਦਾ ਕੰਮ ਵੀ ਕਰਾ ਦਿੰਦਾ ਸ਼ਰਾਬ ਦਾ ਵੀ ਕੰਮ ਕਰ ਦਿੰਦਾ ਰੇਤ ਦਾ ਵੀ ਕੰਮ ਕਰ ਦਿੰਦਾ ਕਈ ਲੋਕ ਤਾਂ ਕਹਿੰਦੇ ਹੁਣ ਜਿਵੇਂ ਮਾਲ 'ਚ ਚਲੇ ਜਾਓ ਨਾ ਵੱਡਾ ਮਾਲ ਉੱਥੇ ਸਾਰੇ ਕਿਸਮ ਦੀਆਂ ਦੁਕਾਨਾਂ ਮਿਲਦੀਆਂ ਹੁਣ ਤਾਂ ਕਹਿੰਦੇ ਜਲਾਲਪੁਰੇ ਕੋਲ ਚਲੇ ਜਾਓ ਜਾਂ ਉਹਦਾ ਸਾਥੀ ਇੱਕ ਕੰਬੋਜ ਉਹਦੇ ਕੋਲ ਚਲੇ ਜਾਓ ਸਾਰੇ ਹੀ ਸਹੂਲਤਾਂ ਮਿਲ ਜਾਂਦੀਆਂ ਜਿਹੜੀਆਂ ਉਹ ਨਹੀਂ ਮਿਲਦੀਆਂ ਪੰਜਾਬ 'ਚ ਮੇਰੇ ਵੀਰੋ ਕੀ ਬਣੂ ਪੰਜਾਬ ਦਾ ਖਜ਼ਾਨਾ ਕਿੱਥੋਂ ਭਰਨਾ ਆ ਕਹਿੰਦੇ 1,000 ਕਰੋੜ ਮਾਈਨਿੰਗ ਤੋਂ ਆਉਣਾ ਸੀ ਮਗਰ ਸਰਕਾਰ ਦੇ ਖਜ਼ਾਨੇ 'ਚ 30 ਕਰੋੜ ਆਇਆ
970 ਕਰੋੜ ਇਹਨਾਂ ਦੇ ਐਮਐਲਏ ਦੇ ਖਜ਼ਾਨੇ 'ਚ ਚਲੇ ਗਿਆ, ਇਹਨਾਂ ਦਾ ਇੱਕ ਦਾ ਖਜ਼ਾਨਾ ਮੈਨੂੰ ਖਾਲੀ ਨਹੀਂ ਦਿਸ ਰਿਹਾ। ਔਰ ਸਾਧ ਸੰਗਤ ਜੀ, ਇਸੇ ਤਰ੍ਹਾਂ ਉਹ ਚੰਨੀ ਸਾਹਿਬ ਨੇ ਸੁਖਬੀਰ ਜੀ ਨੇ ਘਰੀ ਪੁੱਛ ਲਿਆ ਸੀ ਕਿ ਤੂੰ ਕੈਪਟਨ ਅਮਰਿੰਦਰ ਸ਼ਾਹ ਦੀ ਪ੍ਰਾਪਤੀ ਦੱਸ ਦੇ, ਤੇ ਸਾਧ ਸੰਗਤ ਜੀ ਵਿਧਾਨ ਸਭਾ ਦਾ ਉਹ ਸੈਸ਼ਨ ਵੇਖਿਆ ਨਾ ਤੁਸੀਂ, ਇਤਰਾ ਬੁੱਲ ਲਾਈ ਗਿਆ, ਇਤਰਾ ਬੁੱਲ ਫੜਕੀ ਗਏ ਤੇ ਸਾਨੂੰ ਸਮਝਦਾ ਆਵੇ। ਮੈਂ ਨਾਤ ਦੇ ਨੂੰ ਪੁੱਛਿਆ, ਚੰਦੂ ਮਾਜਰਾ ਸਾਹਿਬ ਮੇਰੇ ਨਾਲ ਹੀ ਬੈਠੇ ਸਨ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਚੰਦੂ ਮਾਜਰਾ ਜੀ ਇਹ ਬੋਲਦਾ ਨੀ ਕਿ ਮੈਨੂੰ ਸੁਣਦਾ ਨੀ, ਕੀ ਚੱਕਰ ਹੈ? ਕਹਿੰਦਾ ਨੀ ਹਾਲੇ ਤਾਂ ਬੁੱਲ ਨੀ ਫੜਕਦੇ ਇਹਦੀ। ਮੈਂ ਕਿਹਾ ਭਾਊ ਬੋਲ ਪਾ। ਕਹਿੰਦਾ ਜੀ ਜਿੰਨੇ ਪੱਚ ਕੈਪਟਨ ਨੇ ਲਾਏ ਆ ਸੜਕਾਂ ਨੂੰ, ਉਹਨੇ ਪੱਚ ਕਿਸੇ ਨੇ ਨੀ ਲਾਏ, ਇਹ ਤਾਂ ਪ੍ਰਾਪਤੀ ਦੱਸੀ। ਔਰ ਉਹ ਜੇ ਪੱਚ ਨੌਕਰੀਆਂ ਦੇ ਲਾਉਂਦੇ, ਉਹ ਜੇ ਪੱਚ ਅੱਜ ਕਹਿੰਦੇ ਲੋਕਾਂ ਨੂੰ ਬਾਹਰ ਭੇਜਣ ਦਾ ਸੀ, ਟਰੈਵਲ ਏਜੰਸੀ ਖੋਲ ਲੈਣੀ ਇਹਨਾਂ ਨੇ, ਜਿਹੜੇ ਟਰੈਵਲ ਏਜੰਟਾਂ ਦੇ ਪਰਚੇ 15-15, 20-20 ਲੱਖ ਦੇ, ਜਦੋਂ ਠੱਗੀ ਵੱਜਦੀ ਆ। ਅੱਜ ਵੀ ਖਬਰ ਲੱਗੀ ਆ ਰਸ਼ੀਆ ਤੋਂ ਨੌਜਵਾਨ ਮੁੜਿਆ, ਉਹ ਕੰਮ ਹੁਣ ਸਰਕਾਰ ਨੇ ਛੇੜ ਲਿਆ। ਇੱਥੇ ਵੀ ਇਲਜ਼ਾਮ ਕਾਹਦਾ? ਮੀ ਟੂ ਦਾ, ਕਿ ਧੀ ਭੈਣ ਨਾਲ ਬਦਸਲੂਕੀ ਕਰਨੀ। ਔਰ ਸਾਧ ਸੰਗਤ ਜੀ, ਮੈਂ ਤਾਂ ਇਹਦਾ ਇੱਕ ਕੰਮ ਵੇਖਿਆ, ਵੈਸੇ ਬਾਲ ਸਾਹਿਬ ਗੁੱਸਾ ਨਾ ਕਰ ਜਾਣ, ਮੈਂ ਕਿਹਾ ਜੀ ਖਜ਼ਾਨਾ ਮੰਤਰੀ ਚੰਨੀ ਨੂੰ ਲਾ ਦਿਓ, ਤੇ ਮੈਨੂੰ ਵਿਧਾਨ ਸਭਾ 'ਚ ਲੜ ਪਏ ਸਾਰੇ ਕਾਂਗਰਸੀ। ਉਹ ਕਿਉਂ? ਮੈਂ ਕਿਹਾ ਇਹਦੇ ਖਜ਼ਾਨਾ ਮੰਤਰੀ ਜਿਹੜਾ ਮੌਜੂਦਾ ਲਾਇਆ, ਡੁਪਲੀਕੇਟ ਬਾਦਲ ਹੈ, ਅਸਲ ਤਾਂ ਹੈ ਨਹੀਂ। ਸਾਡੇ ਵਾਲੇ ਬਾਪੂ ਨੇ ਤਾਂ ਕਦੇ ਨਹੀਂ ਆਖਿਆ ਖਜ਼ਾਨਾ ਖਾਲੀ, ਜਿਹੜਾ ਆਉਂਦਾ ਸੀ ਉਹਨੂੰ ਖਜ਼ਾਨਾ ਭਰ ਕੇ ਭੇਜਦੇ ਸਨ, ਭਾਵੇਂ ਆ ਸੜਕਾਂ ਦੀ ਗੱਲ ਸੀ, ਹਵਾਈ ਅੱਡਿਆਂ ਦੀ ਗੱਲ ਸੀ, ਜਾਂ ਕਰਜ਼ੇ ਮਾਫੀ ਦੀ ਗੱਲ ਸੀ, ਜਾਂ ਮੈਨੂੰ ਯਾਦ ਹੈ ਉਦੋਂ ਤਾਂ ਕਈ ਬਿੱਲ ਵੀ ਨਹੀਂ ਭਰਦੇ ਸੀ, ਕੁੰਡੀਆਂ ਵੀ ਲੱਗ ਜਾਂਦੀਆਂ ਸੀ ਕਿ ਨਹੀਂ? ਹੁਣ ਲਾ ਕੇ ਤਾਂ ਵੇਖੇ ਕੋਈ ਕੁੰਡੀ, ਉਹਦਾ ਇਹੋ ਜਿਹਾ ਕੁੰਡਾ ਕਰਦੇ ਆ ਕਿ ਬੰਦੇ ਨੂੰ ਸਾਹ ਨਹੀਂ ਆਉਂਦਾ ਅਗਲਾ। ਔਰ ਮੇਰੇ ਵੀਰੋ, ਉਹ ਮੈਂ ਕਿਹਾ ਚੰਨੀ ਨੂੰ ਲਾ ਦਿਓ, ਖਜ਼ਾਨਾ ਮੰਤਰੀ। ਕਹਿੰਦੇ ਕਿਉਂ? ਮੈਂ ਕਿਹਾ ਇਹਦਾ ਭੰਗੜਾ ਮੈਂ ਵੇਖਿਆ ਸੀ ਉਦੋਂ, ਕਪੂਰਥਲੇ ਵੇਖਿਆ ਸੀ ਇਹਨਾਂ ਨੂੰ ਭੰਗੜੇ ਪਾਉਂਦੇ ਨੂੰ। ਮੈਂ ਹੋਰ ਕੁਛ ਨਹੀਂ, ਲੋਕਾਂ ਨੂੰ ਪੈਨਸ਼ਨ ਮਿਲੇ ਨਾ ਮਿਲੇ, ਜਦ ਇੱਕ ਵਾਰੀ ਮੰਤਰੀ ਸਾਹਮਣੇ ਨੱਚੂ ਤੇ ਬੰਦੇ ਦਾ ਦਿਲ ਤਾਂ ਹੌਲਾ ਹੋ ਜੂ, ਕਿ ਚਲੋ ਦਿਲ ਤਾਂ ਲਵਾਉਂਦੇ ਆ ਨਾ। ਮੈਂ ਕਿਹਾ ਇੱਥੇ ਤਾਂ ਲਾਹਤੇ ਬਣੇ, ਨਾਲੇ ਜੁੱਤੀਆਂ ਮਾਰਦੇ ਆ, ਨਾਲੇ ਦਿਲ ਵੀ ਨਹੀਂ ਲਵਾਉਂਦੇ। ਔਰ ਇੱਕ ਉਹਦਾ ਗੀਤ ਵੀ ਸੁਣਿਆ ਹੋਣਾ ਤੁਸੀਂ, ਗੀਤ ਬੜੇ ਸੋਹਣੇ ਗਾਉਂਦਾ, ਮੈਂ ਉਹਦਾ ਗੀਤ ਵੇਖਿਆ ਸੀ। ਮੈਂ ਕਿਹਾ ਤੇਰਾ ਗੀਤ ਵੀ ਗਏ ਤਾਂ 550 ਸਾਲਾਂ ਮਨਾਉਣ ਸੀ, ਉੱਥੇ ਗੀਤ ਗਾਈ ਗਏ ਕਿਹੜਾ? ਤੂੰ ਲਾ ਕੇ ਨਾ ਤੋੜੀ, ਤੂੰ ਲਾ ਕੇ ਨਾ ਤੋੜੀ ਵੇ ਸਾਹਿਬਾ, ਮੈਂ ਲੜ ਲੱਗ ਗਈ ਤੇਰੀ। ਆਹ ਕੰਮ ਸੁਣ ਲਓ ਇਹਦਾ। ਔਰ ਮੇਰੇ ਵੀਰੋ, ਇਹ ਜੇ ਲੋਕਾਂ ਤੋਂ ਕੀ ਕਰਾਉਣਾ? ਆਹ ਦੂਜਾ ਆਸ਼ੂ ਮੰਤਰੀ ਜਿਹਨੇ DSP, ਅੱਜ ਮੈਂ ਪੁੱਛਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਨੂੰ, ਇਨਕੁਆਇਰੀ ਤੂੰ ਮਾਰਕ ਕੀਤੀ ਸੀ, ਉਹ DSP ਨੇ ਸਹੀ ਕੰਮ ਕੀਤਾ, ਕਰਪਸ਼ਨ ਕੱਢੀ, ਅੱਜ ਉਹਦੇ ਮਗਰ ਜਾ ਕੇ ਕਿਉਂ ਨਹੀਂ ਡਿਪਟੀ ਦੇ ਨਾਲ ਖਲੋਂਦਾ? ਜਿਹੜਾ DSP ਜਾਂ ਪੁਲਿਸ ਅਫਸਰ ਚੰਗਾ ਕੰਮ ਕਰਦਾ, ਸਹੀ ਇਨਕੁਆਇਰੀ ਕਰਦਾ, ਸਾਧ ਸੰਗਤ ਜੀ ਉਹਦੇ ਨਾਲ ਤਾਂ ਫਿਰ ਬਲਵਿੰਦਰ ਸੇਖੋਵਾਲ ਹੀ ਹੁੰਦੀ ਹੈ। ਤੇ ਜਿਹੜਾ ਅਫਸਰ ਜਲਾਲਪੁਰੇ ਦੇ ਆਖੇ ਧੀਆਂ ਭੈਣਾਂ ਤੇ ਪਰਚਾ ਦੇ ਦੇਵੇ, ਫਿਰ ਉਹਦੇ ਕਹਿੰਦੇ ਤਾਰੇ ਲੱਗਦੇ। ਇਸੇ ਲਈ ਲੋਕਾਂ ਨੂੰ ਅੱਜ ਥਾਣਿਆਂ 'ਚ ਇਨਸਾਫ਼ ਨਹੀਂ ਮਿਲ ਰਿਹਾ। ਕਾਹਦੇ ਲਈ ਤਨਖਾਹ? ਤੁਸੀਂ ਕਹਿੰਦੇ ਖਜ਼ਾਨਾ ਖਾਲੀ ਹੈ, ਇਹਨਾਂ MLA ਨੂੰ ਬਿਠਾ ਦਿਓ ਆਪਦੇ ਕਾਂਗਰਸੀਆਂ ਨੂੰ ਥਾਣੇ 'ਚ, ਲੋਕੀ ਥਾਣੇ ਜਾਣ ਛੱਡ ਦੇਣ, ਤੁਹਾਡਾ ਖਜ਼ਾਨਾ ਬਚਿਆ ਰਹੂ। ਸਮੇਂ ਆਉਣ ਤੇ ਲੋਕ ਆਪੇ ਹਿਸਾਬ ਲੈ ਲੈਣਗੇ। ਟੀਚਰ ਸਾਹਿਬਾਨ ਕਹਿੰਦੇ ਅਸੀਂ ਪੱਕੀ ਨੌਕਰੀ ਦੇਵਾਂਗੇ, ਬਾਪੂ ਬਾਦਲ ਨੇ ਤਾਂ ਦਿੱਤੀ ਨਹੀਂ ਸੀ। ਅੱਜ ਮੈਂ ਪੁੱਛਦਾ ਉਹਨਾਂ ਸਾਰੇ ਜਥੇਬੰਦੀਆਂ ਨੂੰ, ਮਿਲ ਗਈਆਂ ਜੀ ਫਿਰ ਨੌਕਰੀਆਂ? ਬਾਪੂ ਤਾਂ ਵਿਚਾਰਾ ਦਰਦ ਵੀ ਕਰਦਾ ਸੀ, ਔਰ ਸਰਦਾਰ ਬਾਦਲ ਨੇ ਵੱਧ ਤੋਂ ਵੱਧ ਨੌਕਰੀਆਂ ਵੀ ਦਿੱਤੀਆਂ। ਅੱਜ ਸਿੰਗਲਾ ਸਾਹਿਬ ਕੋਲ ਲੈਣ ਗਏ ਸੀ ਤੇ ਕਿਹੜੀਆਂ ਗਾਲਾਂ ਕੱਢੀਆਂ? ਸਟੇਜ ਤੋਂ ਦੱਸੀਆਂ ਵੀ ਨਹੀਂ ਜਾ ਸਕਦੀਆਂ, ਕਿਹੜੀਆਂ ਭੈੜੀ ਭੈੜੀਆਂ ਗਾਲਾਂ ਕੱਢੀਆਂ। ਮੈਂ ਤਾਂ ਇਹ ਕਹਿ ਸਕਦਾ ਕਾਂਗਰਸੀਆਂ ਬਾਰੇ, ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਇਹ ਕਿਸੇ ਕੰਮ ਦੇ ਨਹੀਂ, ਇਹਨਾਂ ਨੇ ਤੁਹਾਡਾ ਕਰਨਾ ਕੀ ਆ? ਇਹ ਕੋਈ ਸਵਾਲ ਜੋਗੇ ਨਹੀਂ। ਆ ਨਾਲੇ ਕੈਬਨਿਟ ਦੀ ਉਹ ਮੀਟਿੰਗ ਵੀ ਵੇਖੀ ਹੋਣੀ, ਜਿਹ 'ਚ ਕਾਂਗੜ ਸਾਹਿਬ ਕਹਿੰਦੇ ਹੁਣ ਹੋਰ ਕੁਛ ਤਾਂ ਹੋਣਾ ਨਹੀਂ, ਕਾਲੀ ਦਵਾਈ ਖਾ ਲਿਆ ਕਰੋ, ਲੈ ਲਓ ਸਵਾਦ ਇਹਨਾਂ ਨੂੰ, ਪੜ੍ਹ ਲਓ ਪੂਜ। ਸਾਧ ਸੰਗਤ ਜੀ ਬਣੂ ਕੀ ਜਦੋਂ ਮੰਤਰੀਆਂ ਦੇ ਇਹ ਜੇ ਬਿਆਨ ਹੋਣ ਲੱਗ ਪੈਣ? ਅੱਜ ਕੱਲ੍ਹ ਹੀ ਤਾਜ਼ਾ ਬਿਆਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਬਾਜਵਾ ਸਾਹਿਬ ਨੇ ਠੋਕਤਾ, ਕਹਿੰਦੇ ਸਾਡੇ ਕੋਲ ਕੋਈ ਪੈਸੇ ਨਹੀਂ ਡਿਵੈਲਪਮੈਂਟ ਕਰਾਉਣ ਲਈ, ਆਪੇ ਕਰਾ ਲਓ, ਕਹਿੰਦਾ ਆਪੇ ਬੰਦਾ ਸਰਪੰਚ ਕਿੱਥੋਂ ਕਰਾ ਲਵੇ। ਮੇਰੇ ਵੀਰੋ, ਆ ਧਰਮਸੋਤ ਸਾਹਿਬ ਦੀਆਂ ਗੱਲਾਂ ਜਾਂ ਮੈਂ ਕਿਹੜੇ ਕਿਹੜੇ ਮੰਤਰੀ ਦੀਆਂ ਗੱਲਾਂ ਦੱਸਾਂ, ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ, ਇਸ ਲਈ ਮੈਂ ਤਾਂ ਇਹੀ ਬੇਨਤੀ ਕਰਨ ਵਾਸਤੇ ਆਇਆ ਕਿ ਅੱਜ ਹੱਕ ਸੱਚ ਦੀ ਲੜਾਈ ਵਾਸਤੇ ਤੁਸੀਂ ਤਗੜੇ ਹੋ ਕੇ ਆਏ ਹੋ। ਤਿਣਕਾ ਤਿਣਕਾ ਕਰਕੇ ਦਰਿਆ ਭਰਦਾ,
ਮੋਢੇ ਨਾਲ ਮੋਢੇ ਮਿਲਾ ਕੇ ਕਾਫਲੇ ਬਣਦੇ ਆ। ਮੈਨੂੰ ਇਹ ਪੂਰਨ ਆਸ ਹੈ ਜੇ ਤੁਸੀਂ ਸਾਰੇ ਇਕੱਠੇ ਹੋ ਗਏ ਤਗੜੇ ਹੋ ਕੇ ਇੱਕ ਮੁੱਠੀ ਤੁਸੀਂ ਬਣ ਗਏ ਕਿ ਪੰਜੇ ਉਂਗਲਾਂ ਇਕੱਠੀਆਂ ਨੇ ਤੇ ਬੜੀ ਵੱਡੀ ਮੁੱਠੀ ਆ, ਬੜੀ ਵੱਡੀ ਸ਼ਕਤੀ ਆ। ਔਰ ਤੁਹਾਡੀ ਸ਼ਕਤੀ ਅੱਗੇ ਸੱਚੇ ਪਾਤਸ਼ਾਹ ਨੇ ਵੀ ਇਸ ਸ਼ਕਤੀ ਦਾ ਸਤਿਕਾਰ ਕੀਤਾ। ਗੁਰੂ ਸਾਹਿਬ ਨੇ ਵੀ ਕਿਹਾ ਜਿੱਥੇ ਮੇਰੇ ਪੰਜ ਇਕੱਠੇ, ਮੇਰੇ ਪੰਜ ਪਿਆਰੇ ਇਕੱਠੇ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਇਸ ਲਈ ਜਦੋਂ ਇਕੱਠੇ ਹੋ ਜਾਓ ਤੁਸੀਂ ਤੇ ਸਾਧ ਸੰਗਤ ਜੀ ਵੱਡੀਆਂ ਵੱਡੀਆਂ ਸਰਕਾਰਾਂ ਨੂੰ ਝੁਕਣਾ ਪੈਣਾ। ਔਰ ਮੈਂ ਅੱਜ ਮਹਿਸੂਸ ਕਰਦਾ ਕਿ ਕਪਤਾਨ ਸਾਹਿਬ ਦੀ ਵੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਕਿਉਂਕਿ ਰਾਜੇ ਅਮਰਿੰਦਰ ਵਰਗੇ MLA ਸਾਹਿਬ ਕਹਿੰਦੇ ਕਿ ਜਿਹਨਾਂ ਦੀ ਪਰਫਾਰਮੈਂਸ ਕਾਰਗੁਜ਼ਾਰੀ ਮਾੜੀ ਹੈ ਉਹਨਾਂ ਨੂੰ ਲਾ ਦਿਓ। ਦਾ ਕਹਿਣ ਦਾ ਭਾਵ ਹੈ ਕਿ ਇਹ ਸਾਰੇ ਨਲਾਇਕ ਨੇ ਜਿਹੜੇ ਮੰਤਰੀ ਬਣੇ ਫਿਰਦੇ, ਇਹਨਾਂ ਨੂੰ ਲਾ ਦਿਓ ਤੇ ਲਾਇਕ ਬਣਾ ਦਿਓ। ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਲੋਕਾਂ ਦਾ ਭਲਾ ਤਦੇ ਹੋਣਾ। ਜੇ ਲੋਕਾਂ ਦੀ ਦਰਦ ਨੂੰ ਸਮਝਣ ਵਾਲੇ ਲੋਕ ਬਣਨਗੇ, ਲੋਕਾਂ ਨਾਲ ਬੇਇਨਸਾਫੀ ਕਰਨ ਵਾਲੇ ਲੋਕ ਚੱਲਦੇ ਹੋਣਗੇ। ਇਸ ਲਈ ਮੈਂ ਅੱਜ ਸਮੁੱਚੀ ਲੀਡਰਸ਼ਿਪ ਦਾ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਅੱਜ ਤੁਸੀਂ ਹੱਕ ਸੱਚ ਦੀ ਲੜਾਈ ਵਾਸਤੇ ਇੱਥੇ ਆਏ ਹੋ। ਔਰ ਮੈਂ ਸਮੁੱਚੀ ਪੁਲਿਸ ਵੀ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਇਨਸਾਫ ਦੇਣਾ ਤੁਹਾਡਾ ਵਰਦੀ ਦਾ ਵੱਡਾ ਫਰਜ਼ ਹੈ। ਇੱਕ ਅਫਸਰ ਜੇ ਗਲਤੀ ਕਰਦਾ ਉਹਨੂੰ ਆਪਦੀ ਗਲਤੀਆਂ ਨੂੰ ਭੁਗਤਣਾ ਵੀ ਪੈਣਾ। ਅੱਜ ਕੇ ਜੇ ਕੋਈ ਅਫਸਰ ਸਮਝਦਾ ਕਿ ਉਹ ਗਲਤ ਕੰਮ ਕਰੂਗਾ, ਧੱਕਾ ਕਰੂਗਾ, ਤੇ ਅੱਗੇ ਸਮਾਂ ਬਦਲਦਾ ਰਿਹਾ, ਸਰਕਾਰਾਂ ਬਦਲਦੀਆਂ ਰਹੀਆਂ ਨੇ, ਫਿਰ ਉਹ ਅਫਸਰ ਸਮਝਦਾ ਕਿ ਉਹ ਬਚ ਜੂਗਾ, ਸਾਧ ਸੰਗਤ ਜੀ ਉਹਨੂੰ ਬਚਣਾ ਨਹੀਂ, ਉਹਨੂੰ ਇਨਸਾਫ ਦੇਣਾ, ਉਹਦੇ ਨਾਲ ਇਨਸਾਫ ਹੋਊਗਾ। ਔਰ ਉਹਨੇ ਜੇ ਧੱਕਾ ਕੀਤਾ ਤੇ ਸਾਧ ਸੰਗਤ ਜੀ, ਕਾਨੂੰਨ ਇਸ ਦੇਸ਼ ਦੇ ਬੜੇ ਸਖਤ ਹੈ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਊਗੀ। ਇਸ ਲਈ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਹੋਇਆ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹੋਇਆ, ਨਾਲ ਹੀ ਜਨੇਜਾ ਸਾਹਿਬ ਨੂੰ ਇਹ ਬੇਨਤੀ ਕਰੂੰਗਾ। ਅੱਜ ਜੋਸ਼ ਚ ਭਾਸ਼ਣ ਕਰਦੇ ਕਰਦੇ ਮੈਂ ਸੁਣ ਲਿਆ, ਆ ਭਾਈ ਆ ਸਾਡਾ ਤਾਂ ਤੀਜੀ ਵਾਰੀ ਪ੍ਰਧਾਨ ਤੁਸੀਂ ਚੁਣ ਲਿਆ, ਤੂੰ ਇੱਕ ਵਾਰੀ ਵਾਰੀ ਖਾ ਗਿਆ, ਪਤਾ ਨੀ ਵਿੱਚੋਂ ਕਿੱਥੇ ਦੋ ਵਾਰੀ ਚਮਕਾ ਗਿਆ। ਇਸ ਲਈ ਭਰਾ ਇਹ ਬਾਲਾ ਜੋਸ਼ ਜਾਚ ਮੈਨੂੰ ਲੱਗਦਾ ਪਟਿਆਲੇ ਦਾ, ਫਿਰ ਇੰਨਾ ਮੈਨੂੰ ਲੱਗਦਾ ਮੋਤੀ ਮਹਿਲ ਦੇ ਨੇੜੇ ਰਹਿੰਦਾ ਹੈ ਨਾ, ਇੱਥੇ ਵੀ ਥੋੜਾ ਜਿਹਾ ਅਸਰ ਹੋਇਆ ਹੈ ਜੀ। ਅੱਛਾ, ਆ ਤੁਸੀਂ ਤਾਂ ਖਾਸ ਇਹਦੇ ਸਮਹਿਤੀ ਹੋ ਨਾ, ਤੁਸੀਂ ਤਾਂ ਜਿਹਨੇ ਨਾ ਵੀ ਕਿਹਾ ਹੋਵੇ ਤੁਸੀਂ ਤਾਂ ਵੀ ਕਹਿ ਦੇਣਾ। ਚਲੋ ਬਹੁਤ ਬਹੁਤ ਧੰਨਵਾਦ।